अस्सलाम वालेकुम दोस्तों, आप मैं इस वक्त मौजूद हाँ मियाँ ब्रदर ज़रई इंडस्ट्री बुरेवाला से। मेरे नाल भाई ज़ाहद साहब मौजूद ने। ज़ाहद साहब क्या हाल है? हाँ जी अलहमदुल्ला जी, तुम सुनाओ? तो ठीक है जी अलहमदुल्ला। सर सर ए डिस्कां दे मुतलक दसो जिहड़ियां बनाईयां ने। जी या सर भाई, इन्हां नूं उम्र दे तवे है जी, असल उम्र दे जी, जी असल कोट वाले जिहड़े है जी। इहनू 6-6 दा बाला लगा होया वा जी, अच्छियां डिस्कां वा, पिछे इहनू जनरल दे टायर लावांगे। यह टायरां दा बाला वा जी, यह इहदा जिहड़ा ना जी जैक नहीं लाना पऊगा, जैक वाला कम करेगा यह जिहड़ा वा जी। इत्थे रस्सी पाउणी आ जी, इहनू खिचोगे ऐटोमैटिक उत्थे आ जाऊगा, यानी कि जैक वाला कम आ। सिर्फ एक रस्सी करूँ, ड्राइवर उपर बैठा जिहड़ा वा ना जी, इहनू खिचेगा, बाला ना इधर जाऊगा ना इधर जाएगा। आ देखो इस वे देखो ना जी, इत्थे चक्या जाना वा जी, इहनू खिचोगे उह ट्रैक्टर चलाएगा, जिहड़े मर्जी सुराख च पा लवे। थल्ले उतरन दी वी लोड नहीं पैणी, जरूरत नहीं पैणी, इहनू जरूरत नहीं पऊगी। क्लोज़ करना वा, ऐटोमैटिक अपनी जगह ते आ के इह रुक जूगी, उम्र दा तवा लावांगे असल जिहड़ा वा जी, फिर 6 लाख रुपया जी। अगर इहदे विच तुसीं तवा आम चैनल वाला ला लईए ते फिर 5.5 लाख दे जी। ठीक हो गया, बाकी हर चीज इसे तरह ही होएगी। टायर जनरल दे हुण अगे आ अगली साइड ते की है जी? इह जी बन्नू आ जी। अच्छा, इह बन्नू है जी, ਇਹ ਖਾਲੇ ਵੀ ਕੱਢਦਾ ਵਾ ਤੇ ਬੰਨਾ ਵੀ ਬਣਾਉਂਦਾ ਵਾ ਜੀ, ਜਿਹੜੇ ਇਹਦੇ ਕੰਮ ਹੈ ਦੋਨੇ ਹੀ ਕੰਮ ਕਰਦਾ ਜੀ। ਅੱਛਾ, ਜੇ ਸੂਰਤ ਪੋਜੀਸ਼ਨ 'ਚ ਪਿਆ ਆ ਇੱਥੇ ਖਾਲਾ ਕੱਢੂਗਾ? ਹਾਂਜੀ, ਇੱਥੇ ਖਾਲਾ ਕੱਢੇਗਾ ਜੀ। ਅਤੇ ਜੇ ਇਹਨਾਂ ਨੂੰ ਪਲਟ ਦਾਂਗੇ, ਇਹ ਉੱਧਰ ਕਰ ਦਾਂਗੇ, ਇਹ ਉੱਧਰ ਕਰ ਲਾਂਗੇ, ਤੇ ਫਿਰ ਇਹ ਖਾਲਾ ਉਹ ਕੱਢਣਾ ਪੈਂਦਾ ਜੀ, ਬੰਨਾ ਬਣਾਉਣਾ ਪੈਂਦਾ, ਬੰਨਾ ਬਣਾਉਣ ਲੱਗ। ਹਾਂਜੀ, ਬੰਨਾ ਬਣਾਉਣਾ। ਅਤੇ ਟਰੈਕਟਰ ਮਗਰ ਪਾ ਕੇ ਈਜ਼ੀ ਇੱਕ ਬੰਦਾ ਬਦਲ ਸਕਦਾ ਇਹਨੂੰ? ਹਾਂਜੀ, ਬਦਲ ਸਕਦਾ ਜੀ, ਕੋਈ ਮਸਲਾ ਨਹੀਂ। ਇਹ ਕਾਲ ਖੋਲ ਰੈਂਚ ਨਾਲ ਜੀ। ਅੱਛਾ ਜੀ, ਅਤੇ ਇਹ ਬਦਲਿਆ ਜਾਣਾ ਜੀ। ਇਹਦੀ ਕੀ ਕੀਮਤ ਆ ਜੀ? ਇਹ ਹੈ ਜੀ ਕਿ ਨਾਲ ਦਾ 85,000 ਰੁਪਏ ਦਾ ਜੀ। ਅੱਛਾ, ਠੀਕ ਹੋ ਗਿਆ ਜੀ। ਹਾਂਜੀ ਠੀਕ ਹੈ ਜੀ। ਇਸ ਤੋਂ ਇਲਾਵਾ ਜੀ ਕੀ ਚੀਜ਼ ਹੈ ਤਿਆਰ? ਇਹ ਬਣਿਆ ਪਿਆ ਵਾ, ਇਹ ਬਾਰਡਰ ਡਿਸਕਾਂ ਜਿਹੜੀਆਂ ਵਾ ਜੀ, ਇਹ ਤਿਆਰ ਆ ਸਾਡੀਆਂ। ਅੱਛਾ, ਇਹ ਤਵਿਆਂ ਵਾਲੇ ਨੇ? ਹਾਂਜੀ, ਇਹ ਤਵੇ ਲੱਗਣ ਵਾਲੇ ਆ ਜੀ, ਇਹਨਾਂ ਨੂੰ ਰੰਗ ਹੋਣ ਵਾਲਾ ਵਾ, ਤਵੇ ਲੱਗਣ ਵਾਲੇ ਆ। ਤੇ ਇਹ ਹੈ ਜੀ 1,20,000 ਰੁਪਏ ਦੀ ਜੀ। ਇਹ 1,20,000 ਦਾ ਇਹਨੂੰ ਤਵੇ ਲੱਗਣਗੇ, ਜਿਹੜਾ ਡਿਸਕਾਂ ਵਾਲਾ ਜਿਹਨੂੰ ਕਹਿੰਦੇ? ਡਿਸਕਾਂ ਵਾਲਾ ਤਵਾ ਕਹਿੰਦੇ ਜਿਹੜਾ ਜੀ। ਠੀਕ ਹੋ ਗਿਆ। ਹਾਂਜੀ, ਇਹ ਵੀ ਤਿਆਰ ਆ ਜੀ। ਇਸੇ ਤਰ੍ਹਾਂ ਰੂਟਾਵੇਟਰ ਆ ਜੀ। ਅੱਛਾ, ਰੂਟਾਵੇਟਰ ਕਿੰਨੇ ਦਾ? ਕਿੰਨੇ ਕਿੰਨੇ ਤਿਆਰ ਹੋਇਆ? 60 ਪਾਲਾ ਵਾ ਜੀ, ਤੇ ਇਹ ਹੈ 3,60,000 ਰੁਪਏ ਦਾ ਜੀ। 3,60,000 ਰੁਪਏ ਦਾ। ਇਹਨੂੰ ਛੁਰੀਆਂ ਛਾਰੀਆਂ ਕਿਹੜੀਆਂ? ਛੁਰੀਆਂ ਵਗੈਰਾ ਤਾਂ ਲੱਗਣ ਵਾਲੀਆਂ ਨਾ ਜੀ। ਹਾਂਜੀ ਹਾਂਜੀ, ਛੁਰੀਆਂ ਲਾ ਕੇ ਦੇਣੀਆਂ ਜੀ। ਅੱਛਾ ਅੱਛਾ ਜੀ, ਠੀਕ ਹੈ। ਉਹ ਕਲਟੀ ਵੀ ਤਿਆਰ ਹੋ ਰਿਹਾ ਇੱਕ? ਹਾਂਜੀ, ਉਹ ਤਿਆਰ ਹੋ ਰਿਹਾ ਜੀ। ਇੱਥੇ ਇਹ 11 ਹਾਲ ਤਿਆਰ ਹੋਏ ਆ ਜੀ। ਅੱਛਾ, ਇਹ ਥੱਲੇ ਸਪਰਿੰਗਾਂ ਵਾਲੇ ਆ ਜੀ, ਉੱਧਰ ਸਾਡੇ ਪਏ ਆ, ਉੱਪਰ ਸਪਰਿੰਗਾਂ ਵਾਲੇ ਵੀ ਜੀ। ਠੀਕ ਹੈ। ਹਾਂਜੀ, ਇਹਦੀ ਕਿੰਨੀ ਕੀਮਤ ਆ ਜੀ? ਇਹ ਹੈ ਜੀ 1,80,000 ਰੁਪਏ ਦੇ ਜੀ। ਅੱਛਾ, 11 ਦੇ ਹਾਲ ਨੇ 1,80,000 ਰੁਪਏ ਦੇ? ਹਾਂਜੀ, ਵੈਰੀ ਗੁੱਡ। ਇਹ ਬੜਾ ਅੱਛਾ ਰੇਟ ਹੈ ਜੀ 11 ਦੇ ਹਾਲਾਂ ਦਾ। ਦੇਖੋ ਨਾ ਜੀ, ਅੱਗੇ ਲੱਗੀਆਂ ਵਾ ਜੀ, 10,000 ਮੰਗਦੇ ਆ। ਇਹ 5 ਸੂਤਰ ਦੀਆਂ ਬੜੀਆਂ ਅੱਛੀਆਂ ਜਿਹੜੀਆਂ ਨਾ ਜੀ, ਉੱਪਰ ਉੱਪਰ ਵੀ ਡਬਲ ਫਰੇਮ ਕੀਤਾ ਵਾ ਜੀ, ਜੈਡ ਫਰੇਮ ਆ, ਡਬਲ ਫਰੇਮ ਕੀਤਾ ਵਾ। ਤੇ ਮੀਆਂ ਸਾਹਿਬ, ਜਿਹੜਾ ਬਾਹਰ ਸਪਰਿੰਗਾਂ ਵਾਲਾ ਉਹ ਕਿੰਨੇ ਦਾ? 11 ਦਾ? ਉਹ 2 ਲੱਖ ਰੁਪਏ ਦਾ ਜੀ। ਉਹ ਹਾਲ ਪਿਆ ਆ, ਮੈਂ ਤੁਹਾਨੂੰ ਦਿਖਾ ਦਿੰਦਾ ਬਾਹਰ 'ਚ। ਅੱਛਾ ਜੀ, ਉਹ ਵੀ ਦਿਖਾਉਣਾ। ਅਤੇ ਇਹ ਅੱਛਾ ਠੀਕ ਹੋ ਗਿਆ, ਇਹਦੀ ਪਮੈਸ਼ ਕਿੰਨੀ ਹੁੰਦੀ ਹੈ ਜੀ? ਇਹ 8.5 ਫੁੱਟ ਜੀ। 8.5 ਫੁੱਟ? 8 ਫੁੱਟ। ਅੱਛਾ, ਉੱਤੇ ਸਪਰਿੰਗਾਂ ਵਾਲਾ ਇਹ ਪਿਆ ਜੀ ਫਰੇਮ? ਹਾਂਜੀ, ਇਹ ਉੱਪਰ ਸਪਰਿੰਗਾਂ ਵਾਲਾ ਹਾਲ ਪਿਆ ਵਾ ਜੀ, 11 ਫਾਲਾ ਜਿਹੜਾ ਵਾ ਜੀ। ਇਹਦੇ ਉੱਪਰ ਐਂਗਲ ਲੱਗਣ ਵਾਲਾ ਵਾ ਜੀ, ਉਹ ਖੋਲਿਆ ਸੀ ਐਂਗਲ ਲਾ ਕੇ ਨਾ ਜੀ, ਇਸ ਤਰ੍ਹਾਂ ਉੱਪਰ ਐਂਗਲ ਲੱਗ ਜਾਏਗਾ ਜੀ। ਅੱਛਾ, ਇਹ ਵੀ ਡਬਲ ਫਰੇਮ ਦੇ ਵਿੱਚ ਆ ਜੀ। ਇਹ 2 ਲੱਖ ਦੇ ਆ? ਹਾਂਜੀ, ਇਹ 2 ਲੱਖ ਦੇ ਜੀ। ਸਹੀ ਹੈ, ਇਹ ਮਸ਼ੀਨਾਂ ਲਾ ਕੇ ਤੇ 4.5 ਲੱਖ ਰੁਪਏ ਦੇ ਜੀ। ਟਿਕ ਟਿਕ ਵਾਲੀ ਹੈ? ਹਾਂਜੀ, ਟਿਕ ਟਿਕ ਵਾਲੀਆਂ ਮਸ਼ੀਨਾਂ ਲਾ ਕੇ, ਅੱਛੀਆਂ ਮਸ਼ੀਨਾਂ ਲਾ ਕੇ। ਸਹੀ ਹੈ। ਮੀਆਂ ਸਾਹਿਬ, ਅੱਜ 4x4 ਬੜੇ ਆਏ, 2-3 ਟਰੈਕਟਰ ਆਏ ਫਿਰ ਨਾ ਜੀ। ਇਹ ਛੱਤ ਲਵਾਉਣ ਆਏ ਆ, ਛੱਤ ਲਵਾਉਣੀ ਆ, ਵੇਟ ਲਾਉਣੇ ਆ, ਉਹ ਗੇਅਰ ਵਾਲੇ ਟਾਪੇ ਲਾਉਣੇ ਆ ਜੀ। ਇਹ ਵੇਟ ਪੈ ਗਏ, ਰੰਗ ਹੋਏ ਪਏ ਨੇ ਇਹ ਵਾਲੇ ਨਾ ਜੀ, ਇਹ ਹੁਣ ਇਹਨਾਂ ਨੂੰ ਲਾਉਣੇ ਜੀ। ਅੱਛਾ ਜੀ, ਹਾਂਜੀ। ਇਹ ਕਿੰਨੇ ਰੁਪਈਏ ਕਿਲੋ ਆ? ਇਹ ਤਕਰੀਬਨ 62,000 ਰੁਪਏ ਦੇ ਬਣ ਜਾਂਦੇ ਆ ਜੀ, 62,500 ਰੁਪਏ ਦਾ ਨਾ ਜੀ। ਇੱਕ ਪੀਸ ਕਿੰਨੇ ਕਿੰਨੇ ਦਾ? ਵਜ਼ਨ ਕਿੰਨਾ ਇੱਕ ਪੀਸ ਦਾ? ਇਹ 120 ਕਿਲੋ ਦੇ ਦੋਨੇ ਆ ਨਾ ਜੀ। ਅੱਛਾ, ਹਾਂਜੀ, ਇੱਕ ਟਰੈਕਟਰ ਦਾ ਯਾਨੀ ਕਿ ਵੀ ਇਹ ਬਣ ਜਾਂਦੇ ਇਹਨਾਂ ਦੇ ਵਿੱਚ। ਸਹੀ, ਆ ਗੇਅਰ ਬਕਸੇ ਵਾਲੀ ਪਲੇਟ ਆ? ਇਹ ਗੇਅਰ ਬਕਸੇ ਵਾਲੀ ਆ ਜੀ, 2 ਵੀਲ ਦੀ ਜੀ, ਇਹਨਾਂ ਨੂੰ 4 ਵੀਲ ਵਾਲੀਆਂ ਲੱਗਣੀਆਂ ਜੀ। ਅੱਛਾ ਅੱਛਾ, 2 ਵੀਲ। ਹਾਂਜੀ, ਹਿੱਚ ਪ੍ਰੋਗਰਾਮ? ਹਾਂਜੀ, ਇਹ ਹੁਣ ਚੱਲੀ ਆ ਜੀ, ਬਸ ਉਹ ਭਾਈ ਹੋਰਾਂ ਨੇ ਲਈ ਇਹ ਜੀ ਸਾਡੇ ਕੋਲੋਂ ਜੀ, 22,500 ਰੁਪਏ ਦੀ ਜੀ। 22,500 ਰੁਪਏ? ਆਹ ਤਾਂ ਬਹੁਤ ਵਜ਼ਨੀ ਆ ਕੋਈ। ਹਾਂਜੀ, ਇਹ ਕਮਰਸ਼ਲ ਕੰਮ ਕਰਨ ਲਈ ਆ ਜੀ।
ਕਮਰਸ਼ੀਅਲ ਵਾਸਤੇ ਹੈ। ਹਾਂਜੀ ਇਹ ਕਮਰਸ਼ੀਅਲ ਕੰਮ ਕਰਨ ਲਈ ਹੈਵੀ ਡਿਊਟੀ ਟਰਾਲੇ ਚਲਾਉਣ। ਇਹ ਤਕਰੀਬਨ ਹੈ 46,000 ਰੁਪਏ ਦੀ। 46,000 ਠੀਕ ਹੈ ਜੀ। ਉਹ ਫਰੰਟ ਬਲੇਡ ਆ ਜੀ ਆ ਟਰੈਕਟਰ ਦਾ ਜੀ। ਯਾਰ ਇਸ ਤਰ੍ਹਾਂ ਚਾਰ ਟਰੈਕਟਰ ਇਹਨਾਂ ਕੋਲ ਆਏ ਨੇ। ਹੈ ਆ ਜੀ ਇਹ ਫਿਰ ਡਿਸਕਾਂ ਦਾ ਉਹ ਪਿਆ ਵਾ ਆਪਣਾ ਸੁਹਾਗੇ ਦਾ। ਮੀਆਂ ਸਾਹਿਬ ਕਿੰਨਾ ਵਜ਼ਨ ਹੁੰਦਾ ਤਕਰੀਬਨ ਇਹ ਜਿਹੜਾ ਸੁਹਾਗਾ? ਜਿੰਨੇ ਮਰਜ਼ੀ ਵਜ਼ਨ ਦਾ ਲੈ ਲਓ ਜੀ, ਯਾਨੀ ਕਿ ਮੁਖਤਲਿਫ ਟਰੈਕਟਰਾਂ ਲਈ ਨਾ ਜੀ 10 ਫੁੱਟ 'ਚ ਵੀ ਆਉਂਦਾ ਵਾ, 11 ਫੁੱਟ 'ਚ ਵੀ ਆਉਂਦਾ, 12 ਫੁੱਟ 13 ਫੁੱਟ ਦੇ ਵਿੱਚ ਜੀ। ਅੱਛਾ ਕਿਲੋ ਦੇ ਹਿਸਾਬ ਨਾਲ ਆ ਜੀ। 375 ਰੁਪਏ ਅਤੇ ਹਾਂਜੀ ਕਿਲੋ ਦਾ ਹਿਸਾਬ, ਕਿਲੋ ਦਾ ਹਿਸਾਬ ਆ, ਕਿਲੋ ਦਾ ਹਿਸਾਬ ਆ ਜੀ। ਜਿੰਨੇ ਵਜ਼ਨ ਦਾ ਕਿਸੇ ਨੇ ਬਣਵਾਉਣਾ ਹੋਵੇ ਉਹਨੇ ਤਾਂ ਬਣ ਜਾਂਦਾ, ਬਣ ਜਾਏਗਾ। ਹਾਂਜੀ ਵਿੱਚੋਂ ਇਹ ਖਾਲੀ ਹੁੰਦਾ, ਵਿੱਚੋਂ ਖਾਲੀ ਹੁੰਦਾ ਵਾ, ਮਿੱਟੀ ਪਾ ਲਓ ਜੇ ਵਜ਼ਨ ਹੀ ਕਰਨਾ ਵਾ ਤਾਂ ਮਿੱਟੀ ਪਾ ਲਓ, ਬਾਅਦ 'ਚ ਮੂਹਦਾ ਕਰੋ ਅਤੇ ਨਾਲ ਦਾ ਮਿੱਟੀ ਨਿਕਲ ਜਾਂਦੀ, ਹਾਂ ਮਿੱਟੀ ਨਿਕਲ ਜਾਂਦੀ ਜੇ ਵਜ਼ਨ ਵਧਾਉਣਾ ਹੋਵੇ। ਹਾਂਜੀ ਕੋਈ ਬੰਦਾ ਕਹਿੰਦਾ ਫਰੰਟ ਬਲੇਡ ਪਿਆ ਜੀ, ਹੌਲੇ ਬਣਵਾ ਲੈਣਾ। ਅੱਛਾ ਇਹ ਫਰੰਟ ਬਲੇਡ ਦੀਆਂ ਚਗਾਠਾਂ ਚਗੂਠਾਂ ਵੀ ਤੁਸੀਂ ਬਣਾਉਂਦੇ ਹੋ? ਹਾਂਜੀ ਸਾਰਾ ਕੁਝ ਮੁਕੰਮਲ ਕਾਲਾ ਕਰਕੇ ਦਿੰਦੇ ਜੀ ਅਸੀਂ ਫਰੰਟ ਬਲੇਡ ਜੀ। ਠੀਕ ਹੈ ਹਾਂਜੀ। ਇਹ ਫੀਅਟ 480 ਦਾ ਪਿਆ, ਫੀਅਟ 640 ਦਾ ਪਿਆ, ਇਸੇ ਤਰ੍ਹਾਂ ਹੀ 385 240 ਜੀ। 240 ਨੂੰ ਵੀ ਅਸੀਂ ਨਵੇਂ ਮਾਡਲ ਵਾਲਾ ਲਾ ਕੇ ਦਿੰਦੇ, 260-240 ਨੂੰ ਫਰੰਟ ਜੈਕ ਲੱਗਦੇ ਉਹਨਾਂ ਨੂੰ। ਠੀਕ ਹੋ ਗਿਆ ਹਾਂਜੀ। ਇਹ ਟਰਾਲੀ ਬਣਦੀ ਪਈ ਆ, ਜੈਕ ਕੇ ਨਾਲ ਇਹਦਾ ਲੱਗਦਾ ਪਿਆ ਜੀ, ਇਹ ਅੰਦਰ ਫਰੇਮ ਪਾ ਕੇ ਨਾ ਜੀ ਇਹਦਾ ਜੈਕ ਲੱਗਦਾ ਪਿਆ, ਇਹਦੇ ਡਬਲ ਫਰੇਮ ਕਰਕੇ। ਸਹੀ ਹਾਂਜੀ ਅੰਦਰ ਫਰੇਮ ਵਾਲੀ ਜ਼ਿੰਮੇਦਾਰੀ ਤਿਆਰ ਹੁੰਦੀ ਪਈ। ਸਾਰੀਆਂ ਅੱਲਾ ਵਾਹ।